अस्सलाम वालेकुम जी, मैं हां थोड़ा अपना होस्ट बाबा जी, और आज मैं पहुंचे हूं बड़ी खास जगह देते। मेरे नाल है इंडस रिवर। इंडस रिवर तो जड़ी एक मोनूमेंट बनया होया, मैं कहंगा कि जड़ा के आम बंदियां नु पता नहीं चलदा ए मोनूमेंट, जरा जीटी रोड तो थोड़ा हट के वे कमाल मोनूमेंट है। कमाल ओदी हिस्ट्री है, हिस्ट्री जाके जुड़दी है वर्ल्ड वार वन नाल, 1914 तो लैके 1918 तक जिन्ना सूरमिया ने अपनी जान दिती उन्होंने याद दे विच ਜਿਹੜਾ ਸੀ ਉਹ ਤਾਮੀਰ ਕੀਤਾ। ਇਹਦੀ ਕੀ ਹਿਸਟਰੀ ਹੈ, ਆਓ ਅੱਗੇ ਆਓ ਅਸੀਂ ਦੇਖਦੇ ਹਾਂ। ਵਾਓ, ਟੂ ਦੀ ਮੈਮੋਰੀ ਆਲ ਆਫ ਰੈਂਕ ਰੈਂਕਸ ਬ੍ਰਿਟਿਸ਼ ਐਂਡ ਇੰਡੀਅਨ ਆਫ ਦੀ 14th ਪਠਾਨ ਵੂ ਹੈਵ ਫਾਲਨ ਇਨ ਐਕਸ਼ਨ ਐਂਡ ਪਰਟੀਕੁਲਰਲੀ ਇਨ ਆਨਰ ਆਫ ਦੋਜ਼ ਵੂ ਗੇਵ ਦੇਅਰ ਲਾਈਵਸ ਇਨ ਦੀ ਗ੍ਰੇਟ War of the World 1914 to 1914-18. This monument was raised by their comrades on their 4th anniversary of Epert's Day, 26th April 1919. 1914 ਦੇ ਵਿੱਚ ਮਸਲਾ ਹੁੰਦਾ, 1918 ਤੱਕ ਜੰਗ ਜਾਰੀ ਰਹਿੰਦੀ ਹੈ, ਔਰ 1926 April 1919 ਦੇ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਇਹ ਪੱਥਰ ਲਾਇਆ ਜਾਂਦਾ। ਆਓ ਜੀ, ਇਹ ਹੈ ਉਰਦੂ ਟੈਕਸਟ ਦੇ ਵਿੱਚ। ਹਾਂਜੀ, ਇਹ ਹੈ ਉਰਦੂ ਟੈਕਸਟ ਦੇ ਵਿੱਚ ਲਿਖਿਆ ਹੋਇਆ ਬਾ ਯਾਦਗਾਰ ਸਾਹਿਬਾਨ ਓ ਸਰਦਾਰਾਂ ਅਹੁਦੇਦਾਰਾਂ ਓ ਸਿਪਾਹੀਆਂ ਪਲਟਨ ਨੰਬਰ 40 ਜੋ ਜੰਗ ਮੇ ਮਾਰੇ ਗਏ, ਔਰ ਬਲਖਸੂਸ ਬਾ ਆਜ਼ਾਦ ਉਨ ਸ਼ਖਸਾਸ ਕੀ ਜਿਨ੍ਹੋਂ ਨੇ ਇਸ ਜੰਗ ਮੇ ਜੰਗੇ ਅਜ਼ੀਮ ਮੇ ਆਪਣੀ ਜਾਨੇ ਨਿਸਾਰ ਕੀ। ਇਹ ਨਿਸ਼ਾਨ ਉਨਕੇ ਰਫੀਕੋ ਨੇ ਜੰਗੇ ਐਪਰਸ ਕੀ ਚੌਥੀ ਸਾਲਗਿਰਾ ਕੇ ਦਿਨ ਪਰ 26 April 1919 ਉਨ ਇਹ ਲਿਖਿਆ ਹੋਇਆ ਉਹਦੇ ਵਿੱਚ। ਇਹ ਸਾਈਨ ਸੀ ਪਠਾਨਸ ਦਾ, ਔਰ ਨਾਲ ਹੀ ਉਹ 40 ਜਿਹੜੀ ਪਠਾਨ ਬਟਾਲੀਅਨ ਸੀ ਉਹ ਤੋੜ ਦਿੱਤਾ ਗਿਆ। ਮਜ਼ੇਦਾਰ ਚੀਜ਼ ਹੈ ਕਿ ਹਿੰਦੀ ਟੈਕਸਟ ਜਿਹੜਾ ਉਹ ਸਾਰਾ ਦਾ ਸਾਰਾ ਉਹੀ ਬਾ ਯਾਦਗਾਰ ਜੋ ਵੀ ਲਿਖਿਆ ਹੋਇਆ ਸਾਰਾ ਦਾ ਸਾਰਾ ਇਹ ਬੜੀ ਮਜ਼ੇਦਾਰ ਟੈਕਸਟ ਹੈ। ਮੈਂ ਕਹਾਂਗਾ ਕਿ ਸਟਿਲ ਵਿਜ਼ੀਬਲ ਹੈ, 4 ਲੈਂਗੁਏਜਿਸ ਦੇ ਵਿੱਚ ਹੈ, ਜਿਸ ਤਰ੍ਹਾਂ ਕਿ ਪਹਿਲੇ ਵੀ ਸਿੱਖ ਐਂਗਲੋ ਵਾਰ ਦੇ ਮੋਨੂਮੈਂਟਸ ਵੀ ਜਿਹੜੇ ਨੇ ਉਹ ਵੀ ਇਸੇ ਤਰ੍ਹਾਂ ਅਵੇਲੇਬਲ ਨੇ। ਫਾਰਸੀ, ਲਓ ਜੀ, ਬਨਾਮਾ ਯਾਨੀ ਕਿ ਜਿਹੜਾ ਹੈ ਜਾਂ ਤਾਂ ਪਸ਼ਤੋ ਹੈ ਅਤੇ ਜਾਂ ਫਾਰਸੀ ਹੈ, ਕਿਉਂਕਿ ਦੋਨਾਂ ਦਾ ਟੈਕਸ ਆਪਸ 'ਚ ਬਹੁਤ ਜ਼ਿਆਦਾ ਮਿਲਦਾ ਹੈ ਇਸ ਵਾਸਤੇ। ਇਹ ਫਾਈਨ ਮੈਂ ਮੋਨੂਮੈਂਟ ਜ਼ਰਾ ਦਿਖਾਓ ਉੱਤੇ ਤੱਕ। ਇਹ ਹੈ ਜੀ ਉਹ ਮੋਨੂਮੈਂਟ ਜਿਹਦੀ ਮੈਂ ਗੱਲ ਕਰ ਰਿਹਾ, ਬਿਲਕੁਲ ਬੰਬ ਦੀ ਸ਼ਕਲ ਦੇ ਵਿੱਚ ਬਣਿਆ ਹੋਇਆ ਮੋਨੂਮੈਂਟ ਹੈ, ਔਰ ਮੈਨੂੰ ਬੜਾ ਅੱਛਾ ਲੱਗਾ ਇਸ ਜਗ੍ਹਾ ਦੇ ਉੱਤੇ ਆ ਕੇ, ਔਰ ਮੈਂ ਚਾਹਾਂਗਾ ਕਿ ਮੈਂ ਉੱਥੇ ਚੱਲ ਕੇ ਤੁਹਾਨੂੰ ਇਹਦੇ ਮੁਤਲਕ ਜਿਹੜਾ। ਇਹ ਹੈ ਜੀ ਉਹ ਮੋਨੂਮੈਂਟ ਜਿਹਦੀ ਮੈਂ ਗੱਲ ਕਰ ਰਿਹਾ ਹਾਂ ਕਿ ਇਹ ਇੰਡਸ ਦੇ ਬਿਲਕੁਲ ਕਿਨਾਰੇ 'ਤੇ ਬਣਿਆ ਹੋਇਆ, ਔਰ ਰੋਡ ਤੋਂ ਹਟ ਕੇ ਵੀ ਤਕਰੀਬਨ 2 ਤੋਂ 2.5 ਕਿਲੋਮੀਟਰ ਵੈਸਟ ਵਾਲੀ ਸਾਈਡ ਦੇ ਉੱਤੇ। ਕਮਾਲ ਜਗ੍ਹਾ, ਕਮਾਲ ਟੈਕਸਟ ਨੇ, ਚਾਰੋਂ ਪਾਸੇ ਹਿੰਦੀ, ਫਾਰਸੀ, ਇੰਗਲਿਸ਼, ਔਰ ਪਿੱਛੇ ਉਰਦੂ, 4 ਸਾਈਡਾਂ, 4 ਡਾਇਰੈਕਸ਼ਨ, 4 ਲੈਂਗੁਏਜਿਸ, ਹਿਸਟਰੀ ਦੇ ਮੇਨ ਸੋਰਸਿਸ, ਕਮਾਲ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਵਾਅਦਾ ਕੀਤਾ ਸੀ ਜਾਵਾਂਗਾ ਉੱਥੇ, ਪਹੁੰਚਾਂਗਾ ਉੱਥੇ ਜਿੱਥੇ ਕੋਈ ਨਾ ਜਾਵੇ। ਉਹ ਸਾਹਮਣੇ ਮੇਰੇ ਪਿੱਛੇ ਅਟਕ ਦਾ ਕਿਲਾ ਦਿਖਾਓ ਜੀ, ਇਹ ਹੈ ਅਟਕ ਦਾ ਕਿਲਾ ਜਿਹਦੀ ਹਿਸਟਰੀ ਕਿਸੇ ਕੋਲੋਂ ਛੁਪੀ ਨਹੀਂ। ਲੁਕੀ ਛੁਪੀ ਨਹੀਂ ਹੈ ਹਿਸਟਰੀ, ਇਹ ਮੁਗਲ ਪੀਰੀਅਡ ਦਾ ਬਣਾਇਆ ਹੋਇਆ ਬਾਦਸ਼ਾਹ ਅਕਬਰ ਦਾ ਕਿਲਾ ਹੈ। ਅਗਰ ਇਹਦੀ ਅਸੀਂ ਤਸਕਰਾ ਕਰੀਏ ਤਾਂ ਕਹਾਣੀ ਬਹੁਤ ਲੰਬੀ ਹੋ ਜਾਏਗੀ, ਇਸ ਵਾਸਤੇ ਮੈਂ ਇਸ ਵੀਡੀਓ ਨੂੰ ਇੱਥੇ ਹੀ ਵਾਈਂਡ ਅਪ ਕਰਾਂਗਾ। ਕਿ ਇਹ ਸਾਹਮਣੇ ਤੁਹਾਨੂੰ ਨਜ਼ਰ ਆਉਣ ਵਾਲਾ ਜਿਹੜਾ ਦਰਿਆ ਹੈ, ਇਹ ਹੈ ਸ਼ਾਹੀ ਗੁਜ਼ਰਗਾਹ ਇੰਡਸ ਰਿਵਰ ਦੇ ਉੱਤੇ, ਜਿੱਥੋਂ ਕਿ ਸ਼ੁਰੂ ਹੁੰਦਾ ਹੈ ਅਟਕ ਦਾ ਕਿਲਾ। ਇਹ ਲਾਸਟ ਬਾਉਂਡਰੀਜ਼ ਨੇ ਕਿਲੇ ਦੀਆਂ, ਔਰ ਹੈ ਇੰਡਸ ਰਿਵਰ। ਉਹ ਪਿੱਛੇ ਨਜ਼ਰ ਆ ਰਿਹਾ ਤੁਹਾਨੂੰ 2 ਮੇਲ, ਜਿੱਥੋਂ 2 ਦਰਿਆ ਇਕੱਠੇ ਹੁੰਦੇ ਨੇ, ਕਾਬਲ ਔਰ ਇੰਡਸ, ਔਰ ਇਹ ਜਾ ਰਿਹਾ ਵਹਿੰਦਾ ਹੋਇਆ ਆਹਿਸਤਾ ਆਹਿਸਤਾ ਪੰਜਾਬ ਦੀਆਂ ਹਦੂਦਾਂ ਨੂੰ ਕ੍ਰੋਸ ਕਰਦਾ ਹੋਇਆ।
ਇਹ ਪਿੱਛੇ ਰੇਲਵੇ ਲਾਈਨ ਹੈ ਔਰ ਉਸ ਤੋਂ ਬਾਅਦ ਬਹੁਤ ਜਲਦੀ ਮੈਂ ਤੁਹਾਨੂੰ ਉਸ ਜਗ੍ਹਾ ਤੇ ਲੈ ਜਾਵਾਂਗਾ ਜਿਹੜੀ ਕਿ ਅੱਜ ਤੱਕ ਕਿਸੇ ਨੇ ਨਹੀਂ ਦਿਖਾਈ। ਜੀ ਹਾਂ ਜੀ, ਜਿਹਨੂੰ ਘੋੜੀ ਟੱਪ ਕਿਹਾ ਜਾਂਦਾ। ਮੈਂ ਉਸ ਜਗ੍ਹਾ ਦੀ ਤਲਾਸ਼ ਵਿੱਚ ਅੱਜ 2 ਦਿਨ ਹੋ ਗਏ ਮਾਰਿਆ ਫਿਰ ਰਿਹਾ ਵਾਂ ਔਰ ਤੁਹਾਨੂੰ ਮੈਂ ਬਹੁਤ ਜਲਦੀ ਲੈ ਕੇ ਜਾਵਾਂਗਾ ਘੋੜੀ ਟੱਪ ਦੇ ਵਿੱਚ। ਫਿਲਹਾਲ ਤੁਸੀਂ ਮੋਨੂਮੈਂਟ ਦੇਖ ਰਹੇ ਸੀ ਫਸਟ ਵਰਲਡ ਵਾਰ ਵਾਲਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ।